ਸਤਿ ਸ੍ਰੀ ਅਕਾਲ ਨਾਜ਼ਰੀਨ, ਮੈਂ ਹਰਮੀਤ ਸ਼ਾਹ ਸਿੰਘ, ਐਡੀਟਰ ਇੰਡੀਆ ਟੂਡੇ ਟੀਵੀ, ਤੇ ਮੇਰੇ ਨਾਲ ਜੁੜੇ ਨੇ ਐਮ ਐਸ ਬਿੱਟਾ ਜੀ, ਜਿਹੜੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਨੇ। ਅੱਜ ਅਸੀਂ ਇਹਨਾਂ ਨਾਲ ਗੱਲ ਸਾਂਝੀ ਕਰਾਂਗੇ ਇੰਡੀਆ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਉਸ ਉੱਤੇ। ਤੇ ਬਿੱਟਾ ਸਾਹਿਬ, ਜਦ ਤੁਸੀਂ ਇੱਥੇ ਆਏ ਸੀ, ਤੁਹਾਡਾ ਆਲ ਆਜ ਤੱਕ ਦੇ ਉੱਤੇ ਲਾਈਵ ਵੀ ਚੱਲ ਰਿਹਾ ਸੀ, ਉਸੀ ਦੌਰਾਨ ਖਬਰ ਆਈ ਕਿ ਜਿਹੜੇ ਇੰਡੀਅਨ ਪਾਇਲਟ ਜਿਹੜੇ ਪਾਕਿਸਤਾਨੀ ਕਸਟਡੀ ਵਿੱਚ ਸਨ, ਉਹ ਅਨਾਊਂਸ ਕੀਤਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਿ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਏਗਾ ਕੱਲ੍ਹ। ਇਸ ਖਬਰ ਦੇ ਕਈ ਹਰ ਪੱਖੋਂ ਇਸ ਖਬਰ ਦੇ ਉੱਤੇ ਇੱਕ ਵਿਚਾਰ ਆ ਰਿਹਾ ਹੈਗਾ। ਮੀਡੀਆ, ਇੰਡੀਅਨ ਮੀਡੀਆ ਕਹਿ ਰਿਹਾ ਹੈਗਾ ਕਿ ਬਈ ਇਹ ਭਾਰਤ ਸਰਕਾਰ ਦੀ ਜਿੱਤ ਹੈਗੀ ਏ। ਪਾਕਿਸਤਾਨੀ ਮੀਡੀਆ ਕਹਿ ਰਿਹਾ ਹੈਗਾ ਇਮਰਾਨ ਖਾਨ ਹੋਰਾਂ ਦੀ ਇਹ ਸਟੇਟਸਮੈਨਸ਼ਿਪ ਏ। ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ? ਇਹ ਗੱਲ ਬਿਲਕੁਲ ਸਪਸ਼ਟ ਹੈ। ਇਹ ਬੜਾ ਚੰਗੀ ਖਬਰ ਹੈ ਕਿ ਉਹ ਹਿੰਦੁਸਤਾਨ 'ਚ ਅਭਿਨੰਦਨ ਜੀ ਵਾਪਸ ਉਹਨਾਂ ਨੂੰ ਦੇ ਰਹੇ ਨੇ। ਇਹਦੇ ਪਿੱਛੇ ਕੋਈ ਪਾਕਿਸਤਾਨ ਨੂੰ ਇਹ ਨਾ ਸਮਝਿਆ ਜਾਵੇ ਕਿ ਸ਼ਾਇਦ ਪਾਕਿਸਤਾਨ ਇਮਰਾਨ ਖਾਨ ਕੋ ਸਾਡੇ 'ਤੇ ਅਹਿਸਾਨ ਕਰ ਰਹੇ ਨੇ, ਜਾਂ ਉਹ ਇਹ ਕਰ ਰਹੇ ਨੇ ਵੀ ਅਸੀਂ ਹਿੰਦੁਸਤਾਨ ਨੂੰ ਗਲਤ ਫਹਿਮੀ 'ਚ ਪਾ ਦਿਆਂਗੇ ਵੀ ਅਸੀਂ ਆਪਸ ਦੇ ਵਿੱਚ ਹੁਣ ਇੱਕ ਰਾਸਤਾ ਬਣਾਈਏ ਦੋਸਤੀ ਦਾ, ਔਰ ਉਹਦੇ ਵਿੱਚ ਅਜ਼ਹਰ, ਸੈਯਦ ਔਰ ਦਾਊਦ ਇਬਰਾਹਿਮ ਜਿਹੜੇ ਉੱਥੋਂ ਦੇ ਮੋਸਟ ਵਾਂਟਡ ਟੈਰਰਿਸਟ ਨੇ, ਉਹਨਾਂ ਨੂੰ ਅਸੀਂ ਛੁਪਾ ਲਈਏ। ਇਹ ਚੀਜ਼ ਨਹੀਂ ਹੋ ਸਕਦੀ। ਇਹ ਬੜੀ ਅੱਛੀ ਖਬਰ ਹੈ ਕਿ ਇਹ ਚੀਜ਼ ਇੱਥੇ ਆਈ ਹੈ। ਜਿੱਤ ਦੀ ਜਿੱਥੋਂ ਤੱਕ ਗੱਲ ਹੈ, ਹਿੰਦੁਸਤਾਨ ਦੀ ਜਿੱਤ ਹੈ ਪਾਕਿਸਤਾਨ ਦੇ ਅੰਦਰ ਘੁਸ ਕੇ, ਔਰ 21 ਮਿੰਟ ਦੇ ਓਪਰੇਸ਼ਨ ਦੇ ਅੰਦਰ 500 ਆਤੰਕਵਾਦੀਆਂ ਨੂੰ ਢੇਰ ਕਰ ਦੇਣਾ। ਕੋਈ 300 ਕਹਿੰਦਾ, 400 ਕਹਿੰਦਾ, ਮੈਂ ਸਮਝਦਾ ਵੀ 500 ਤੋਂ ਘੱਟ ਨਹੀਂ ਹੋ ਸਕਦੇ। ਔਰ ਉਹ ਟੈਰਰਿਸਟ ਕਦੀ ਅਮੈਰੀਕਾ ਨੇ ਇੰਨੀ ਕੋਸ਼ਿਸ਼ ਕਰਕੇ ਪਾਕਿਸਤਾਨ 'ਚ ਇੱਕ ਉਸਾਮਾ ਬਿਨ ਲਦੇਨ ਨੂੰ ਮਾਰਿਆ, ਅਸੀਂ ਪਤਾ ਨਹੀਂ ਕਿੰਨੇ ਉਸਾਮਾ ਬਿਨ ਲਦੇਨ ਸਾਡੀ ਸੁਰੱਖਿਆ ਫੋਰਸਿਸ ਨੇ, ਸਾਡੀ ਏਅਰਫੋਰਸ ਨੇ ਉੱਥੇ ਜਾ ਕੇ ਮਾਰੇ, ਜਿਨ੍ਹਾਂ ਨੇ ਪਤਾ ਨਹੀਂ ਹਿੰਦੁਸਤਾਨ 'ਚ ਨਹੀਂ ਦੁਨੀਆਂ ਦੇ ਵਿੱਚ ਕਿੱਡੀਆਂ ਕਿੱਡੀਆਂ ਵਾਰਦਾਤਾਂ ਕਰਨੀਆਂ ਸੀ। ਆ ਤੁਹਾਨੂੰ ਪਤਾ ਕਿ ਘਟਨਾ ਜਿਹੜੀ ਉੱਥੋਂ ਦੀ ਹੋਈ ਅਮੈਰੀਕਾ ਦੀ ਸਤੰਬਰ ਦੀ ਘਟਨਾ, ਉਹ ਛੋਟੀ ਜਿਹੀ ਘਟਨਾ ਨਹੀਂ ਸੀ, ਉਹ ਘਟਨਾ ਬੜੀ ਵੱਡੀ ਘਟਨਾ ਸੀ। ਇੱਡੀ ਟਾਵਰ ਉਡਾ ਦੇ ਨੇ, ਇੰਨੀ ਤਬਾਹੀ ਦੁਨੀਆਂ ਦੇ ਵਿੱਚ, ਇੱਕ ਬੜੀ ਵੱਡੀ ਘਟਨਾ ਸੀ। ਤੋ ਇਹਦਾ ਮਤਲਬ ਪਾਕਿਸਤਾਨ ਇੱਕ ਆਤੰਕਵਾਦ ਦੀ ਬਹੁਤ ਵੱਡੀ ਫੈਕਟਰੀ ਹੈ। ਉਸ ਫੈਕਟਰੀ ਨੂੰ ਹਿੰਦੁਸਤਾਨ ਨੇ ਇਜ਼ਰਾਈਲ ਤੋਂ ਬਾਅਦ ਬੜੀ ਬਹਾਦਰੀ, ਬੜੀ ਦਲੇਰੀ ਦੇ ਨਾਲ, ਪੋਲੀਟੀਕਲ ਵਿਲ ਨਾਲ ਉਹਨੂੰ ਸਮਾਪਤ ਕੀਤਾ, ਸਾਨੂੰ ਵਾਪਸ ਸੌਂਪ ਰਹੇ ਨੇ। ਬਹੁਤ ਅੱਛਾ ਕਦਮ ਹੈ ਉਹਨਾਂ ਦਾ। ਪਰ ਅਗਰ ਇਹ ਕਹੀਏ ਵੀ ਅਸੀਂ ਉਹਨਾਂ 'ਤੇ ਵਿਸ਼ਵਾਸ ਕਰ ਲਈਏ, ਪਾਕਿਸਤਾਨ ਦੇ ਉੱਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ, ਪਾਕਿਸਤਾਨ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਦੂਸਰਾ ਸਵਾਲ ਹੈ, ਤੁਸੀਂ ਨਾਂ ਲਿੱਤਾ ਹੈਗਾ ਸਿਕਿਉਰਿਟੀ ਫੋਰਸਿਸ ਦਾ, ਤੁਸੀਂ ਨਾਂ ਲਿੱਤਾ ਹੈਗਾ ਇੰਡੀਅਨ ਏਅਰਫੋਰਸ ਦਾ, ਅਤੇ ਤੁਸੀਂ ਉਹਨਾਂ ਦੀ ਬਹਾਦਰੀ ਦੀ ਬੜੀ ਸ਼ਲਾਘਾ ਕੀਤੀ, ਜੋ ਸ਼ਲਾਘਾ ਯੋਗ ਵੀ ਹੈ। ਅਸੀਂ ਇੱਥੇ ਦੇਖ ਰਹੇ ਹਾਂ ਕਿ ਕੁਛ ਐਸੀ ਸਿਆਸੀ ਜਮਾਤਾਂ ਨੇ ਔਰ ਸਿਆਸਤਦਾਨ ਨੇ ਜਿਹੜੇ ਕਿ ਇਸ ਨੂੰ ਪੋਲੀਟੀਸਾਈਜ਼ ਬੜਾ ਕਰ ਰਹੇ ਨੇ। ਪੁਲਵਾਮਾ ਤੋਂ ਵੀ ਸ਼ੁਰੂ ਹੋ ਜਾਈਏ ਅਤੇ ਫਿਰ ਏਅਰਫੋਰਸ ਦੀ ਸਟ੍ਰਾਈਕ ਤੋਂ ਸ਼ੁਰੂ ਹੋ ਜਾਈਏ, ਅੱਜ ਵੀ ਬਿਆਨ ਆਏ ਨੇ, ਔਰ ਰੂਲਿੰਗ ਪਾਰਟੀ ਤੋਂ ਵੀ ਬਿਆਨ ਆ ਰਹੇ ਨੇ, ਉਹਨਾਂ ਦੇ ਮੈਂਬਰ ਵੀ ਇਹ ਕਹਿ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਹਰ ਪੋਲੀਟੀਕਲ ਪਾਰਟੀ ਜਦੋਂ 71 ਦੀ ਜੰਗ ਹੋਈ ਔਰ ਪਾਕਿਸਤਾਨ ਦੇ ਦੋ ਟੁਕੜੇ ਕੀਤੇ, ਉਦੋਂ ਸਾਡੀ ਪੋਲੀਟੀਕਲ ਪਾਰਟੀ ਨੇ ਵੀ ਜ਼ਰੂਰ ਇਸ ਚੀਜ਼ ਦੀ ਚਰਚਾ ਕੀਤੀ। ਇਹਦੇ 'ਚ ਕੋਈ ਸਾਨੂੰ ਸ਼ੱਕ ਸੰਦੇਸ਼ ਨਹੀਂ ਹੋਣਾ ਚਾਹੀਦਾ। ਇੱਕ ਪੋਲੀਟੀਕਲ ਸਿਸਟਮ ਹੈ, ਪੂਰੀ ਦੁਨੀਆ ਦੇ ਅੰਦਰ ਹੈ, ਹਿੰਦੁਸਤਾਨ ਦੇ ਅੰਦਰ ਹੈ, ਪਾਕਿਸਤਾਨ ਦੇ ਅੰਦਰ ਹੈ, ਬੰਗਲਾਦੇਸ਼, ਕਿਹੜੀ ਜਗ੍ਹਾ ਜਿੱਥੇ ਪੋਲੀਟੀਕਲ ਸਿਸਟਮ ਨਹੀਂ? ਕੁਝ ਕੰਟਰੀ ਹੋਣਗੇ ਜਿਹੜੇ ਇਹਨਾਂ ਤੋਂ ਅਲੱਗ ਹੋ ਸਕਦੇ ਨੇ, ਪਰ ਇਹ ਹੁੰਦਾ ਜੇ ਕੋਈ ਆਪਣੇ ਟਾਈਮ ਦੇ ਉੱਤੇ ਕੋਈ ਪਹਿਲਾਂ ਕਿਸੇ ਤੋਂ ਕੰਮ ਨਾ ਐਸਾ ਹੋਇਆ ਹੋਵੇ, ਕੋਈ ਕਰ ਦੇਵੇ ਤਾਂ ਉਹ ਕਰਦੇ ਨੇ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਅਗਰ ਕਾਂਗਰਸ ਪਾਰਟੀ ਦੇ ਟਾਈਮ 'ਤੇ ਕੰਮ ਹੋਇਆ ਹੁੰਦਾ ਜਿਹੜਾ ਹੁਣ ਕੀਤਾ ਨਰਿੰਦਰ ਮੋਦੀ ਨੇ, ਤਾਂ ਉਹ ਵੀ ਪ੍ਰਚਾਰ ਕਰਦੇ, ਮੈਂ ਵੀ ਬੋਲਦਾ। ਜੇ ਮੈਂ ਅੱਜ ਇਹਨਾਂ ਲਈ ਬੋਲਦਾ, ਮੈਂ ਉਹਨਾਂ ਲਈ ਜ਼ਰੂਰ ਗੱਲ ਕਰਦਾ, ਕਿਉਂਕਿ ਇਹ ਛੋਟਾ ਜਿਹਾ ਕਦਮ ਨਹੀਂ, ਵੱਡਾ ਕਦਮ ਹੈ। ਇਹ ਕਹਿਣਾ ਛੋਟੀਆਂ ਗੱਲਾਂ ਨੇ, ਇਹ ਪੋਲੀਟੀਕਲ ਉਹ ਇਸ ਤਰ੍ਹਾਂ, ਮੈਂ ਇਹਨੂੰ ਸਹਿਮਤ ਨਹੀਂ ਹਾਂ। ਪਰ ਜਿਹੜੀ ਪੋਲੀਟੀਕਲ ਪਾਰਟੀ ਦੀ ਸਰਕਾਰ ਹੈ, ਅਗਰ ਉਹਨੇ ਕੀਤਾ ਤਾਂ ਉਹ ਅਚਾਨਕ ਇਹਦੇ ਬਾਰੇ ਚਰਚਾ ਜ਼ਰੂਰ ਕਰੇਗੀ ਕਿ ਅਸੀਂ ਇੰਨੇ ਆਤੰਕਵਾਦੀ ਮਾਰਤੇ, ਪਹਿਲਾਂ ਕਿਸੇ ਨੇ ਨਹੀਂ ਕੀਤਾ। ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਰੋਕ ਸਕਦੇ ਹਾਂ ਤਾਂ ਦੱਸੋ, ਉਹ ਕਹਿ ਸਕਦੇ ਹਾਂ ਉਹਨਾਂ ਨੂੰ ਆਪਾਂ ਉਹਦੇ 'ਚ ਇਹਨਾਂ ਚੀਜ਼ਾਂ ਨੂੰ, ਮੈਂ ਸਮਝਦਾ ਆਪਾਂ ਨਜ਼ਰਅੰਦਾਜ਼ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈਗਾ, ਕਿਉਂਕਿ ਜਿਸ ਤਰ੍ਹਾਂ ਬਿੱਟਾ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਦਾ ਆਪਣਾ ਵਿਚਾਰ ਹੈਗਾ ਕਿ ਜਿਸ ਬੰਦੇ ਨੇ, ਜਿਸ ਹਕੂਮਤ ਨੇ ਕੋਈ ਕਾਰਵਾਈ ਕੀਤੀ ਹੋਏ ਤੇ ਉਹ ਵੈਲ ਵਿਦ ਇਨ ਇਟਸ ਓਨ ਰਾਈਟ ਕਿ ਉਹ ਉਸ ਦਾ ਕ੍ਰੈਡਿਟ ਲਏਗੀ, ਤਾਂ ਇਸ ਚੀਜ਼ ਨੂੰ ਬਹੁਤਾ ਕੋਈ ਬਲੋ ਅਪ ਨਹੀਂ ਕਰਨਾ ਚਾਹੀਦਾ। ਪਰ ਬਿੱਟਾ ਸਾਹਿਬ, ਇੱਕ ਗੱਲ ਦੱਸੋ ਕਿ ਅਸੀਂ ਇੱਕ ਹੋਰ ਵੀ ਦੇਖਦੇ ਪਏ ਹਾਂ ਕਿ ਅੱਜ ਇੱਕ ਜਿਹੜਾ ਮਾਹੌਲ ਬਣਿਆ ਉਹ ਇਸ ਤਰ੍ਹਾਂ ਦਾ ਬਣ ਗਿਆ ਹੈਗਾ, ਮੀਡੀਆ ਦੇ ਉੱਤੇ ਵੀ ਹੈਗਾ ਔਰ ਸੋਸ਼ਲ ਮੀਡੀਆ 'ਤੇ ਵੀ ਹੈ ਕਿ ਵੀ ਜੰਗ ਦੀ ਗੱਲ ਬਹੁਤ ਹੋ ਰਹੀ ਹੈ। ਅਗਰ ਜੰਗ ਦੀ ਗੱਲ, ਅਗਰ ਇਹ ਗੱਲ ਵਾਕਈ ਕਿਸੇ ਜੰਗ ਤੱਕ ਪਹੁੰਚ ਜਾਂਦੀ ਹੈ, ਸਭ ਤੋਂ ਵਧੇਰਾ ਜਿਹੜਾ ਨੁਕਸਾਨ ਹੋਏਗਾ ਉਹ ਪੰਜਾਬ ਦਾ ਹੋਏਗਾ।
ਇਸ ਨਾਲ ਤੁਸੀਂ ਸਹਿਮਤ ਹੋ? ਦੇਖੋ ਮੈਂ ਇੱਕ ਗੱਲ ਕਹਾਂ, ਅਸੀਂ ਬਚਪਨ ਦੇ ਅੰਦਰ ਜਦੋਂ ਨਵੀਂ ਨਵੀਂ ਟੈਰਰਿਜ਼ਮ ਦੇ ਖਿਲਾਫ ਜੰਗ ਸੀ ਔਰ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਸਨ, ਮੈਂ ਵੀ ਇੱਕ ਭਾਵੁਕ ਹੋ ਕੇ ਜੋਸ਼ ਦੇ ਨਾਲ ਬੇਸਮਝੀ ਨਾਲ, ਜਿਹਨੂੰ ਮੈਂ ਬੇਸਮਝੀ ਕਹਿ ਸਕਦਾ, ਮੈਂ ਕਹਾਂ ਮੈਂ ਬੜਾ ਸਿਆਣਾ, ਮੈਂ ਸਿਆਣਾ ਨਹੀਂ ਹਾਂ, ਜੰਗ ਕਰ ਦਿਓ। ਅਰੇ ਜੰਗ, ਜੰਗ ਕੋਈ ਹੱਲ ਨਹੀਂ, ਜੰਗ ਕਰ ਦਿਓ। ਜੰਗ ਨਾਲ ਸਾਡੇ ਪੋਲੀਟੀਸ਼ਨਾਂ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ। ਅਸੀਂ ਸਾਰੇ ਵੱਡੀਆਂ ਕੋਠੀਆਂ 'ਚ ਬੈਠੇ ਹਾਂ, ਬੁਲੇਟ ਪਰੂਫ ਗੱਡੀਆਂ 'ਚ ਜਾਂਦੇ ਹਾਂ, ਸਾਡੇ ਸੁਰੱਖਿਆ ਦੇ ਅੰਦਰ ਸਾਨੂੰ ਕੋਈ ਫਰਕ ਨਹੀਂ ਪੈਣਾ। ਮਾਰੀ ਜਾਣੀ ਤਾਂ ਆਮ ਪਬਲਿਕ ਹੈ, ਜਿਹੜੀ ਸਰਹੱਦਾਂ 'ਤੇ ਬੀਤੀ ਹੈ, ਚਾਹੇ ਪੰਜਾਬ ਹੈ, ਚਾਹੇ ਜੰਮੂ ਹੈ, ਚਾਹੇ ਰਾਜਸਥਾਨ ਹੈ, ਜਾਂ ਕਿਤੇ ਵੀ। ਅੱਜ ਕੱਲ੍ਹ ਨਵੀਆਂ ਟੈਕਨੋਲੋਜੀ ਆ ਗਈਆਂ, ਕੋਈ ਪੰਜਾਬ ਤੱਕ ਨਹੀਂ ਰਹਿ ਗਈਆਂ, ਦਿੱਲੀ ਤੱਕ, ਬੰਬੇ ਤੱਕ ਉਹ ਚੀਜ਼ਾਂ ਮਾਰ ਕਰਦੀਆਂ, ਉੱਧਰੋਂ ਵੀ ਕਿਤੇ ਕਰ ਸਕਦੀਆਂ। ਤੋ ਜੰਗ ਇਹਦਾ ਕੋਈ ਹੱਲ ਨਹੀਂ, ਮੈਂ ਜੰਗ ਦੇ ਬਾਰੇ ਬਿਲਕੁਲ ਕਿਸੇ ਨਾਲ ਸਹਿਮਤ ਨਹੀਂ। ਪਰ ਜੋ ਹਿੰਦੁਸਤਾਨ ਦੀ ਸਾਡੀ ਸੁਰੱਖਿਆ ਫੋਰਸਿਸ ਨੇ ਪਾਕਿਸਤਾਨ ਦੇ ਵਿੱਚ ਘੁਸ ਕੇ ਕੀਤਾ, ਇਹਨਾਂ ਚੀਜ਼ਾਂ ਨੂੰ ਲੋੜ ਹੈ ਕਰਨ ਦੀ। ਔਰ ਕਸ਼ਮੀਰ ਦੇ ਅੰਦਰ, ਕਸ਼ਮੀਰ ਸਾਡਾ, ਕਸ਼ਮੀਰ ਦਾ ਕੋਈ ਝਗੜਾ ਨਹੀਂ, ਪਾਕਿਸਤਾਨ ਕਹਿੰਦਾ ਰਹੇ, ਸਾਨੂੰ ਉੱਥੇ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ, ਉੱਥੇ ਹੋਰ ਸਖਤੀ ਵਰਤਣ ਦੀ ਲੋੜ ਹੈ, ਉੱਥੋਂ ਦੇ ਜਿਹੜੇ ਆਮ ਪਬਲਿਕ ਹੈ ਉਹਨਾਂ ਨੂੰ ਲੈਣ ਦੀ ਲੋੜ ਹੈ, ਜਿਹੜੇ ਉੱਥੋਂ ਦੇ ਲੀਡਰ ਨੇ ਆਤੰਕਵਾਦੀਆਂ ਨੂੰ, ਉਹਨਾਂ ਨੂੰ ਸਾਈਡ 'ਤੇ ਕਰੋ, ਪਬਲਿਕ ਨੂੰ ਲਵੋ ਔਰ ਆਪਾਂ ਕਸ਼ਮੀਰ ਦੇ ਮਾਹੌਲ ਨੂੰ ਠੀਕ ਕਰੀਏ। 370 ਤਾਰਾ ਹਟਾਓ, ਅੱਜ 370 ਤਾਰਾ ਹਟ ਜਾਏ, ਸਮੱਸਿਆ ਖਤਮ ਹੋ ਜਾਂਦੀ। ਸਟੈਪ ਤਾਂ ਉਹ ਚੁੱਕਣੇ ਚਾਹੀਦੇ ਨੇ ਸਰਕਾਰ ਨੂੰ, ਜਿਹੜੇ ਮੁੱਦੇ ਹੀ ਖਤਮ ਹੋ ਜਾਣ। ਅਸੀਂ ਜਾ ਕੇ ਜ਼ਮੀਨਾਂ ਖਰੀਦੀਏ, ਦੁਨੀਆਂ ਤੋਂ ਲੋਕ ਆਉਣ, ਅੱਜ ਸਾਡਾ ਅੰਮ੍ਰਿਤਸਰ ਹੈ, ਪੂਰੀ ਦੁਨੀਆਂ ਤੋਂ ਲੋਕ ਉੱਥੇ ਆ ਕੇ ਹਰਿਮੰਦਰ ਸਾਹਿਬ ਆਪਣਾ ਨਮਸਤਕ ਕਰਦੇ ਨੇ, ਸਿਰ ਝੁਕਾਉਂਦੇ ਨੇ, ਉੱਥੇ ਵੀ ਲੋਕ ਜਾਣ ਦੇਖਣ। ਸਾਡੇ ਦੇਸ਼ ਦਾ ਬੜਾ ਵੱਡਾ ਹਿੱਸਾ, ਅੱਗੇ ਲੋਕ ਜਾਂਦੇ ਸੀ, ਸਰਕਾਰਾਂ ਧਿਆਨ ਦੇਣ ਹੁਣ 370 ਧਾਰਾ ਵਾਲੇ ਪਾਸੇ, ਪਾਰਲੀਮੈਂਟ ਦਾ ਸੈਸ਼ਨ ਬੁਲਾਉਣ, ਸਾਰੀ ਪੋਲੀਟੀਕਲ ਪਾਰਟੀਆਂ ਬਣਾਉਣ, ਲਾਈਵ ਟੈਲੀਕਾਸਟ ਹੋਵੇ, ਪੁੱਛਿਆ ਜਾਵੇ 370 ਧਾਰਾ ਹਟਾ ਰਹੇ ਹਾਂ, ਕਿਹੜਾ ਨਾਲ ਹੈ ਕਿਹੜਾ ਨਹੀਂ ਨਾਲ, ਪਤਾ ਲੱਗ ਜਾਏਗਾ ਕੌਣ ਦੇਸ਼ ਭਗਤ ਹੈ, ਕੌਣ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ, ਜਾਂ ਜਿਹੜਾ ਕੋਈ ਰਾਜਨੀਤੀ ਕਰਦਾ, ਕੋਈ ਡਰਾਮਾ ਕਰਦਾ, ਦੁਨੀਆਂ ਦੇ ਸਾਹਮਣੇ ਆ ਜਾਏਗਾ, ਕਰਕੇ ਤਾਂ ਦੇਖਣ। ਇੱਦਾਂ ਕਹਿਣਾ ਆਲ ਪਾਰਟੀ ਮੀਟਿੰਗ ਬੁਲਾ ਕੇ, ਜੀ ਮੀਟਿੰਗ ਬੁਲਾ ਲਈ ਸਾਰੇ ਆ ਗਏ, ਸਭ ਝੂਠ ਹੈ। ਕਿਉਂਕਿ ਅਸੀਂ ਪੋਲੀਟੀਸ਼ੀਅਨ ਇੱਕ ਡਰਾਮਾ, ਅਸੀਂ ਪੋਲੀਟੀਸ਼ੀਅਨ ਇੱਕ ਦਿਖਾਵਾ, ਅਸੀਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਾਂ, ਸਮੇਂ ਸਮੇਂ ਨਾਲ ਅਸੀਂ ਆਪਣੇ ਬਿਆਨਾਂ ਨੂੰ ਬਦਲਦੇ ਹਾਂ। ਅਸੀਂ ਪੋਲੀਟੀਸ਼ੀਅਨ ਕੋਈ ਇਤਬਾਰੀ ਨਹੀਂ। ਪੋਲੀਟੀਸ਼ੀਅਨ ਦਾ ਮਤਲਬ ਕੀ ਹੈ? ਪੋਲੀਟੀਸ਼ੀਅਨ ਦਾ ਮਤਲਬ ਬੇਇਤਬਾਰਾ। ਇਹ ਮੇਰਾ ਅਨੁਭਵ, ਮੈਂ ਜੋ ਇੰਨੇ ਸਾਲਾਂ ਤੋਂ ਪੋਲੀਟੀਸ਼ੀਅਨ ਹਾਂ, ਮੈਂ ਜ਼ਿੰਦਗੀ 'ਚ ਪੋਲੀਟਿਕਸ ਤੋਂ ਬੜੀ ਨਫ਼ਰਤ ਕਰਦਾ, ਕਿਉਂਕਿ ਸਾਡਾ ਕੋਈ ਕਹਿ ਸਕਦੇ ਹਾਂ ਇਤਬਾਰ ਨਹੀਂ ਸਾਡੇ 'ਤੇ ਲੋਕ ਕਰਦੇ। ਅਸੀਂ ਆਪਣੇ ਵਿਸ਼ਵਾਸਾਂ ਨੂੰ ਲੋਕਾਂ ਦੇ ਉੱਤੇ ਖੋ ਚੁੱਕੇ ਹਾਂ, ਲੋਕਾਂ ਉੱਤੇ ਵਿਸ਼ਵਾਸਾਂ ਨੂੰ ਖੋ ਚੁੱਕਿਆ। ਪਰ ਬਿੱਟਾ ਸਾਹਿਬ, ਇੱਕ ਗੱਲ ਹੋਰ ਵੀ ਹੈ ਕਿ ਤੁਸੀਂ ਗੱਲ ਕੀਤੀ ਕਸ਼ਮੀਰ ਦੀ, ਤੁਸੀਂ ਪੰਜਾਬ ਨੂੰ ਬੜੇ ਨੇੜਿਓਂ ਵੇਖਿਆ ਜਦ ਪੰਜਾਬ ਵਿੱਚ ਟਰਬਲ ਚੱਲ ਰਹੀ ਸੀ, ਔਰ ਤੁਸੀਂ ਉਸਦੇ ਸਲਿਊਸ਼ਨਸ ਵੀ ਤੁਸੀਂ ਵੇਖੇ ਨੇ, ਔਰ ਤੁਸੀਂ ਬੜੀ ਕੰਮ ਦੀ ਗੱਲ ਹੁਣੇ ਕਹੀਏ ਕਿ ਉੱਥੇ ਦੇ ਲੋਕਾਂ ਨੂੰ, ਕਸ਼ਮੀਰ ਦੇ ਲੋਕਾਂ ਨੂੰ ਨਾਲ ਲੈਣ ਦੀ ਲੋੜ ਹੈ। ਇਸ ਵਿੱਚ ਰੀਜਨਲ ਪਾਰਟੀ ਨੂੰ ਜਿਹੜੀ ਉੱਥੇ ਦੀ ਹੈਗੀਆਂ ਨੇ, ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਜਾਂ ਕੇਂਦਰ ਦੀ ਸਰਕਾਰ ਨੂੰ? ਦੇਖੋ, ਪਹਿਲੀ ਗੱਲ ਤਾਂ ਹੈ, ਜਿਹੜੀਆਂ ਮੈਂ ਫਿਰ ਪੋਲੀਟਿਕਸ ਦੀ ਗੱਲ ਆਵਾਂਗਾ, ਸਾਨੂੰ ਪੋਲੀਟੀਕਲ ਪਾਰਟੀਆਂ ਦੇ ਪਹਿਲਾਂ ਜਿਹੜੇ ਸਾਡੇ ਇੱਕ ਇਖਲਾਕ ਸੀ, ਜ਼ਮੀਰ ਸੀ, ਮੂੰਹ 'ਚੋਂ ਕਹਿ ਦੇਣਾ ਉੱਥੇ ਖੜ੍ਹ ਜਾਣਾ, ਮੈਂ ਤਾਂ ਤੁਹਾਨੂੰ ਕਹਿਣਾ ਪਹਿਲਾਂ ਕਹਿ ਚੁੱਕਾ, ਸਾਡਾ ਵਿਸ਼ਵਾਸ ਹੀ ਕੋਈ ਨਹੀਂ। ਅੱਜ ਸਾਡਾ ਪੰਜਾਬ ਕਿਉਂ ਤਬਾਹ ਹੋਇਆ? ਅਸੀਂ ਅਜੇ ਉੱਠੇ ਨਹੀਂ। ਪੰਜਾਬ ਦੀ ਅਗਰ ਟੈਰਰਿਜ਼ਮ ਦੀ ਗੱਲ ਕਰੀਏ, ਖਤਮ ਤਾਂ ਕੀਤਾ, ਪਰ ਟੈਰਰਿਜ਼ਮ ਲਿਆਂਦਾ ਕਿੱਥੇ? ਲਿਆਂਦਾ ਤਾਂ ਅਸੀਂ ਰਾਜਨੀਤਿਕ ਲੋਕਾਂ ਨੇ ਨਾ, ਹਰਿਮੰਦਰ ਸਾਹਿਬ ਦੀ ਪੋਲੀਟਿਕਸ ਜਿਹੜੀ ਹੈ ਅੰਦਰ ਕਰਕੇ ਅਸੀਂ ਸਾਰਾ ਪੰਜਾਬ ਤਬਾਹ ਕਰਤਾ। ਅਸੀਂ ਗੁਰੂ ਮਹਾਰਾਜ ਦੀ ਜਿਹੜੀ ਪਵਿੱਤਰ ਸਿੱਖੀ ਨਹੀਂ, ਅਸੀਂ ਉਹਨਾਂ ਨੂੰ ਕਿੱਥੇ ਲੈ ਕੇ ਚਲੇ ਗਏ? ਸਾਡੇ ਗੁਰੂ ਮਹਾਰਾਜ ਅਗਰ ਦੇਖਦੇ ਹੋਣਗੇ ਤਾਂ ਅੱਜ ਉਹਨਾਂ ਉਹ ਜ਼ਰੂਰ ਸੋਚਦੇ ਹੋਣਗੇ ਵੀ ਮੈਂ ਕਾਹਦੇ ਲਈ, ਅਸੀਂ ਸ਼ਹਾਦਤਾਂ ਸਾਡੇ ਬੱਚਿਆਂ ਨੇ ਦਿੱਤੀਆਂ ਸੀ, ਅੱਜ ਸਾਡਾ ਪੰਜਾਬ ਕਿੱਥੇ ਚਲਾ ਗਿਆ, ਕਿਉਂ ਗਿਆ? ਸਾਡੀ ਗਿਰ ਹੋਈ ਰਾਜਨੀਤੀ ਨੇ ਸਾਡੇ ਪੰਜਾਬ ਨੂੰ ਤਬਾਹ ਕਰਤਾ। ਕੋਈ ਧਰਮ ਦੇ ਨਾਂ 'ਤੇ ਰਾਜਨੀਤੀ ਕਰਤਾ, ਕੋਈ ਮਜ਼ਹਬ ਦੇ ਨਾਂ ਦੇ ਉੱਤੇ ਰਾਜਨੀਤੀ ਕਰਦਾ। ਗੁਰੂ ਮਹਾਰਾਜ ਜੀ ਸਿੱਖੀ ਦੇ ਨਾਂ 'ਤੇ ਕਰੋ ਨਾ ਪ੍ਰਚਾਰ, ਫਿਰ ਤਾਂ ਦੇਖੀਏ। ਅੱਜ ਮੈਂ ਬੁਰਾ ਨਾ ਮਨਾਉਣਾ, ਮੈਂ ਤੁਹਾਨੂੰ ਸੱਚੀ ਦੱਸਾਂ, ਅੱਜ ਪੰਜਾਬ ਦੇ ਅੰਦਰ ਜਿਹੜੇ ਹੁਣ ਪ੍ਰਵਚਨਕਾਰੀ ਨੇ, ਢਾਡਰੀਆਂ ਵਾਲੇ ਸਾਹਿਬ ਹੋਏ, ਸਰਦਾਰ ਮਨਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਹੋਏ, ਅੱਜ ਉਹਨਾਂ ਦੇ ਵਿਚਾਰਾਂ ਨੂੰ ਤਾਂ ਸੁਣੋ ਸਾਡੇ, ਉਹਨਾਂ ਦੇ, ਅਸੀਂ ਮੈਂ ਕਹਿੰਦਾ ਰਾਜਨੀਤਿਕ ਲੋਕਾਂ ਤੋਂ ਪਰੇ ਹੋ ਕੇ ਉਹਨਾਂ ਦੇ ਵਿਚਾਰਾਂ ਨੂੰ ਸੁਣੀਏ, ਉਹਨਾਂ ਦੇ ਵਿਚਾਰਾਂ ਨੂੰ ਚੁੱਕ ਕੇ ਰਸਤੇ ਬਣੀਏ। ਅਸੀਂ ਅੱਜ ਪੰਜਾਬ ਨੂੰ ਵੀ ਬਚਾਉਣਾ, ਅਸੀਂ ਹਿੰਦੁਸਤਾਨ ਨੂੰ ਵੀ ਬਚਾਉਣਾ ਔਰ ਸਿਸਟਮ ਨੂੰ ਬਚਾਉਣਾ। ਪਰ ਇਹ ਉਦੋਂ ਠੀਕ ਹੋਏਗਾ ਜਦੋਂ ਹਿੰਦੁਸਤਾਨ ਦੀ ਰਾਜਨੀਤੀ ਚੰਗੀ ਹੋਏਗੀ। ਜੇ ਹਿੰਦੁਸਤਾਨ ਦੀ ਰਾਜਨੀਤੀ ਵੋਟ, ਸੱਤਾ, ਕੁਰਸੀ ਜਿਵੇਂ ਤੁਸੀਂ ਕਹਿੰਦੇ ਹੋ, ਇਹਦੇ ਉੱਤੇ ਰਾਜਨੀਤੀ ਹੋ ਰਹੀ ਹੈ, ਜੇ ਇੱਦਾਂ ਚੱਲਦੀਆਂ ਰਹੀਆਂ ਤਾਂ ਸਾਡਾ ਦੇਸ਼ ਕਦੀ ਨਹੀਂ ਬਚ ਸਕਦਾ। ਅੱਜ ਅੱਤਵਾਦ ਤੋਂ ਦੇਸ਼ ਬਚਾਉਣ ਦੀ ਲੋੜ ਨਹੀਂ, ਅੱਤਵਾਦ ਤਾਂ 2 ਮਿੰਟ 'ਚ ਖਤਮ ਹੋ ਜਾਏਗਾ, ਕਰਕੇ ਆਏ ਨਹੀਂ, 500 ਬੰਦਾ ਟਿਕਾ ਕੇ ਉਹ ਮਾਰਿਆ। ਹਿੰਦੁਸਤਾਨ ਦੀ ਰਾਜਨੀਤਿਕ ਸਿਸਟਮ ਨੂੰ ਕਦੋਂ ਠੀਕ ਕਰਾਂਗੇ? ਲੋਕ ਸਾਡੇ ਤੋਂ ਬੜੇ ਤੰਗ ਨੇ, ਲੋਕ ਸਾਡੇ ਤੋਂ ਬੜੇ ਔਖੇ ਨੇ, ਲੋਕ ਸਾਡੇ ਚਿਹਰੇ, ਸਾਡੀਆਂ ਗੱਲਾਂ ਸੁਣ ਕੇ ਸਾਡੇ 'ਤੇ ਵਿਸ਼ਵਾਸ ਨਹੀਂ ਕਰਦੇ।
ਇਹ ਸਨ ਐਮ ਐਸ ਬਿੱਟਾ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਸਟੂਡੀਓ ਵਿੱਚ ਆਏ। ਅਤੇ ਮੈਂ ਪੰਜਾਬ ਤੱਕ ਦੇ ਦਰਸ਼ਕਾਂ ਨੂੰ ਫਿਰ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਉੱਥੇ ਜਿਹੜਾ ਯੂਟਿਊਬ ਦੇ ਉੱਤੇ ਜਿਹੜਾ ਘੰਟੀ ਵਾਲਾ ਬਟਨ ਉਸ ਨੂੰ ਦਬਾਓ ਅਤੇ ਸਾਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅਤੇ ਬਿੱਟਾ ਸਾਹਿਬ ਨੂੰ ਇੱਕ ਜਿਹੜੀ ਗੱਲ ਉਹ ਆਪਾਂ ਕਰਨੀ ਜ਼ਰੂਰ ਚਾਹਵਾਂਗੇ ਕਿ ਤੁਹਾਡੇ ਲਈ ਪੰਜਾਬ ਦੇ ਜਿਹੜੀ ਖਾਸ ਕਰਕੇ ਅੱਜ ਦੀ ਜਿਹੜੀ ਸਿਆਸਤ ਹੈ ਉਸ ਵਿੱਚ ਇੱਕ ਆਪਣਾ ਵਿਚਾਰ ਦਿਓ ਕਿ ਤੁਸੀਂ ਅੱਜ ਦੀ ਪੰਜਾਬ ਦੀ ਸਿਆਸਤ ਨਾਲ ਤੁਸੀਂ ਕਿੰਨੇ ਸਹਿਮਤ ਹੋ, ਠੀਕ ਰਸਤੇ ਜਾ ਰਹੀ ਹੈ ਜਾਂ ਤੁਹਾਨੂੰ ਲੱਗਦਾ ਉਸ ਵਿੱਚ? ਪੰਜਾਬ 'ਚ ਕੋਈ ਵੀ ਸਿਆਸਤਦਾਨ ਵਧੀਆ ਨਹੀਂ। ਇਸ ਵੇਲੇ ਲੋੜ ਹੈ ਸਾਡੇ ਪੰਜਾਬ ਦੇ ਅੰਦਰ ਪ੍ਰਵਚਨਕਾਰੀਆਂ ਦੀ। ਖਾਸ ਤੌਰ 'ਤੇ ਮੈਂ ਕਦੀ ਮਿਲਿਆ ਨਹੀਂ ਸਰਦਾਰ ਮਨਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਜਿਹਨੇ ਮਾਤਾ ਗੁਜਰੀ ਦੇ ਉੱਤੇ, ਸਾਹਿਬਜ਼ਾਦਿਆਂ ਦੇ ਉੱਤੇ ਬੜੇ ਅੱਛੇ ਸ਼ਬਦ ਬੋਲੇ, ਜਿਨ੍ਹਾਂ ਦੇ ਸੁਣੀਏ ਤੇ ਅੱਖਾਂ ਚੋਂ ਹੰਝੂ ਆ। ਅੱਜ ਪ੍ਰਵਚਨਕਾਰੀਆਂ ਦੀ ਪੰਜਾਬ 'ਚ ਲੋੜ ਹੈ, ਨਾ ਧਰਮ ਦੇ ਠੇਕੇ। ਤੁਹਾਡਾ ਮਤਲਬ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ? ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਨਾ। ਅਸੀਂ ਤਾਂ ਖੈਰ ਪਾਪੀ ਆਦਮੀ ਹਾਂ, ਮੇਰੇ ਜਿਉਂ ਜਿਉਂ ਜ਼ਿੰਦਗੀ ਨਿਕਲਦੀ ਹੈ ਅਸੀਂ ਅਨੁਭਵ ਕਰਦੇ ਹਾਂ ਵੀ ਸਾਡੇ ਕੋਲੋਂ ਜ਼ਿੰਦਗੀ 'ਚ ਬੜੇ ਪਾਪ ਹੋਏ ਹੋਣਗੇ। ਗੁਰੂ ਮਹਾਰਾਜ ਜਿਹੜਾ ਸਿੱਖੀ ਸਰੂਪ ਹੈ ਉਹ ਕਿਵੇਂ ਸੰਭਾਲਿਆ ਜਾਏਗਾ? ਅਸੀਂ ਉਹਦੇ ਨਾਂ 'ਤੇ ਜੇ ਰਾਜਨੀਤੀ ਕਰਾਂਗੇ ਸਾਡੇ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਹੁਣ ਇਸ ਵੇਲੇ ਸਾਨੂੰ ਲੋੜ ਹੈ ਲੱਭਣ ਦੀ, ਜਿਹੜੇ ਢਾਡਰੀਆਂ ਵਾਲੇ ਸਾਹਿਬ ਮਨਜਿੰਦਰ, ਸਰਦਾਰ ਮਨਜਿੰਦਰ ਸਿੰਘ ਇਹੋ ਜਿਹਿਆਂ ਨੂੰ ਲੱਭਣ ਦੀ ਲੋੜ ਹੈ, ਜਿਹੜੇ ਪ੍ਰਵਚਨਕਾਰੀ, ਜਿਹੜੇ ਸਾਡੇ ਤੋਂ ਅਸੀਂ ਉਹਨਾਂ ਤੋਂ ਕੁਝ ਸਿੱਖ ਸਕੀਏ ਅਤੇ ਪੰਜਾਬ ਦੀ ਗੁਰੂ ਮਹਾਰਾਜ ਦੀ ਜਿਹੜੀ ਪਵਿੱਤਰ ਸਿੱਖੀ ਹੈ ਉਹਨੂੰ ਬਚਾ ਸਕੀਏ, ਅਸੀਂ ਆਪਸ 'ਚ ਨਾ ਲੜੀਏ। ਬੜੀਆਂ ਭੁੱਲਾਂ ਸਾਤੋਂ ਹੋਈਆਂ। ਉਹ ਕਹਿੰਦੇ ਨੇ ਅਮ ਪਾਪੀ ਤੂੰ ਬਖਸ਼ਣ ਆ ਰਿਹਾ, ਅਸੀਂ ਤਾਂ ਬਖਸ਼ਣ ਵਾਲੇ ਵੀ ਬੰਦੇ ਨੇ, ਜਿਹੜੀ ਸਹੀ ਗੱਲ ਹੈ। ਫਿਰ ਵੀ ਸਾਨੂੰ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਏ ਜੋ ਪਿੱਛੇ ਭੁੱਲਾਂ ਹੋਈਆਂ ਉਹਨੂੰ ਛੱਡ ਕੇ ਸਾਨੂੰ ਇਕੱਠਿਆਂ ਹੋ ਕੇ ਸਿਰਫ ਗੁਰੂ ਮਹਾਰਾਜ ਦੀ ਜਿਹੜੀ ਪਵਿੱਤਰ ਸਿੱਖੀ ਹੈ, ਉਹਨਾਂ ਦੇ ਜਿਹੜੇ ਸ਼ਬਦ ਨੇ, ਪ੍ਰਵਚਨ ਨੇ, ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਜੋ ਕਿਸੇ ਤੋਂ ਗਲਤੀਆਂ ਹੋਈਆਂ ਉਹਨੂੰ ਮਾਫ਼ ਕਰੋ ਔਰ ਅੱਗੇ ਚੱਲੋ। ਜੇ ਅਸੀਂ ਆਪਸ ਦੇ ਵਿੱਚ ਲੜਦੇ ਰਹੇ ਤਾਂ ਯਾਦ ਰੱਖਣਾ ਪੰਜਾਬ ਦਾ ਜਿਹੜਾ ਨੁਕਸਾਨ ਹੋਏਗਾ ਹੋਏਗਾ ਸਭ ਤੋਂ ਪਹਿਲਾਂ ਸਾਡੀ ਗੁਰੂ ਮਹਾਰਾਜ ਦੀ ਪਵਿੱਤਰ ਸਿੱਖੀ ਕੁਰਬਾਨੀਆਂ ਸ਼ਹਾਦਤਾਂ ਨਾਲ, ਉਹਦੇ 'ਤੇ ਬੜੀ ਵੱਡੀ ਸੱਟ ਵੱਜੇਗੀ। ਮੈਂ ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦਾ ਅਸੀਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹੋਏ ਸਿੱਧੇ ਰਸਤੇ